ਅੰਗਰੇਜ਼ ਇੱਥੋਂ ਜਾਨ ਨਹੀਂ ਸੀ ਛੱਡਦੇ ਜਾਨ ਗੁਆ ਕੇ ਜੀ ਜੀ ਫਿਰ ਹੁਣ ਇਹ ਮੁਲਕ ਹਸਲ ਕੀਤਾ ਮਾਈ ਸਾਡੀ ਲੱਗੀ ਆਖਣਾ ਮੈਨੂੰ ਛੱਡ ਦਿਓ ਅੱਛਾ ਮੈਂ ਅਲਮਰੀ ਹੈਗੀ ਹੈ ਮੈਂ ਤੁਸੀਂ ਜਾਓ ਜੇ ਤੁਹਾਡੀ ਜ਼ਿੰਦਗੀ ਬਚੀ ਹੈ ਅਤੇ ਮੈਨੂੰ ਜਾਣ ਦਿਓ ਅਸੀਂ ਆਖਿਆ ਮੈਂ ਅੱਲਾ ਮਿਹਰਬਾਨੀ ਕਰੇ ਜੇ ਸਾਡੀ ਜ਼ਿੰਦਗੀ ਬਚੀ ਤੇਰੀ ਵੀ ਬਚ ਜਾਏਗੀ ਅੱਲਾ ਸੋਹਣਾ ਬਿਲਕੁਲ ਆਉਂਦੀ ਹਾਂਜੀ ਬਿਲਕੁਲ ਆਉਂਦੀ ਹੈ ਯਾਰ ਉਹ ਵੀ ਤੁਹਾਨੂੰ ਮਤਲਬ ਯਾਦ ਕਰਦੇ ਹੋਣਗੇ ਕਦੀ ਰਾਬਤਾ ਨਹੀਂ ਕੀਤਾ ਉਹਨਾਂ ਨੇ ਉੱਥੋਂ ਕਿਸੇ ਨੇ ਇੱਕ ਦਿਨ ਖਾਤਾ ਆਇਆ ਅੱਛਾ ਖਾਤਾ ਆਇਆ ਸੀ ਮੈਨੂੰ ਖਾਤਾ ਆਇਆ ਨੰਬਰਦਾਰ ਦਾ ਅੱਛਾ بسم اللہ الرحمن الرحیم اللہم صلی علی محمد وعلی آل محمد وبارک وسلم لکھاں کروڑاں درود سونے کملی والے آقا حضرت محمد مصطفیٰ صلی اللہ علیہ وآلہ وسلم تے آپ دی آل تے آپ دے صحابہ تے ناظرین میں وسیم حیدر علی پی ایچ ڈی پنجابی سٹوڈیو تو ونڈ سنتالی دی پروگرام لے کے حاضر ہاں اج دے پروگرام وچ تاڈی ایہو جے بابا جی ہوراں نال ملاقات کرواواں گے جنہاں سنتالی دے وچ ਬੜੇ ਸਾਰੇ ਮਸਾਇਬ ਅਤੇ ਦੁੱਖਾਂ ਦਾ ਸਾਹਮਣਾ ਕੀਤਾ ਬਾਬਾ ਜੀ ਹੁਰੀ ਹਾਜੀ ਮੁਹੰਮਦ ਸ਼ੇਰ ਉਹਨਾਂ ਦਾ ਨਾਂ ਹੈ ਔਰ ਡਾਰਾਂ ਵਾਲੇ ਦੀ ਮਸ਼ਹੂਰ ਓ ਮਾਰੂਫ ਬੇਕਰੀ ਅਲ ਮਦੀਨਾ ਬੇਕਰਸ ਜਿਨ੍ਹਾਂ ਦੇ ਪੂਰੇ ਡਾਰਾਂ ਵਾਲੇ 'ਚ ਮਸ਼ਹੂਰ ਹੈ ਉਹਨਾਂ ਦੇ ਉਹ ਵਾਲਦ ਸਾਹਿਬ ਨੇ ਔਰ ਉਹਨਾਂ ਨੇ ਸੰਨ 47 ਦੇ ਵਿੱਚ ਇਵੇਂ ਦੀਆਂ ਮੁਸ਼ਕਲਾਂ ਇਵੇਂ ਦੀਆਂ ਮਸਾਇਬ ਦਾ ਸਾਹਮਣਾ ਕੀਤਾ ਕਿ ਬੰਦਾ ਸੁਣੇ ਅਤੇ ਬੰਦੇ ਦੇ ਲੂੰਹ ਕੰਢੇ ਖੜ੍ਹੇ ਹੋ ਜਾਂਦੇ ਨੇ ਆਓ ਨਾਜ਼ਰੀਨ ਅੱਜ ਤੁਹਾਨੂੰ ਉਹਨਾਂ ਦੀਆਂ ਗੱਲਾਂ ਵੀ ਸੁਣਾਉਂਦੇ ਹਾਂ ਅਤੇ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਉਂਦੇ ਹਾਂ ਆਓ ਮੇਰੇ ਨਾਲ ਅਸਲਾਮ ਵਾਲੇਕੁਮ ਠੀਕ ਹੈ ਖੈਰੀਏ ਸਲਾਮ ਵਾਲੇਕੁਮ ਚਾਚਾ ਜੀ ਵਾਲੇਕੁਮ ਸਲਾਮ ਕੀ ਹਾਲ ਹੈ ਤੁਹਾਡਾ ਬੜਾ ਅੱਛਾ ਜੀ ਬਹੁਤ ਚੰਗਾ ਹੈ ਚਲੋ ਸ਼ੁਕਰ ਅਲਹਮਦੁਲਿਲਾ ਉਮਰ ਕਿੰਨੀ ਹੋ ਗਈ ਆਪਣੀ ਹੁਣ ਉਮਰ 1950 ਦੀ ਪੈਦਾਇਸ਼ ਮੇਰੀ ਅੱਛਾ ਮਾਸ਼ਾਅੱਲਾ 1950 ਦੀ ਜਦੋਂ ਵੰਡ ਪਈ ਆ ਹਾਂਜੀ 47 ਦੀ 47 ਉਦੋਂ ਤੁਹਾਡੀ ਕਿੰਨੀ ਕੁ ਉਮਰ ਹੋਣੀ ਆ ਉਦੋਂ ਮੇਰੀ ਉਮਰ ਹੈ ਸੀ ਕੋਈ ਤਕਰੀਬਨ ਜਦੋਂ ਵੰਡ ਪਈ ਹੈ ਨਾ ਜੀ ਜੀ ਉਦੋਂ ਮੇਰੀ ਉਮਰ 20 ਸਾਲ ਦੀ ਤਕਰੀਬਨ ਹੈ ਸੀ 20 ਸਾਲ ਹੈ ਸੀ ਅੱਛਾ ਅਤੇ ਇਹ ਤੁਸੀਂ ਉੱਥੇ ਪਹਿਲਾਂ ਉੱਧਰ ਚੜ੍ਹਦੇ ਪੰਜਾਬ ਵੱਲ ਰਹਿੰਦੇ ਸੀ ਹਾਂਜੀ ਚੜ੍ਹਦੇ ਉੱਥੇ ਕਿਹੜੀ ਜਗ੍ਹਾ 'ਤੇ ਰਹਿੰਦੇ ਸੀ ਉਹ ਪਿੰਡ ਦਾ ਨਾਂ ਤਿਗੜੀ ਹੈ ਤਿਗੜੀ ਤਿਗੜੀ ਅੱਛਾ ਦੂਸਰਾ ਪਿੰਡ ਸੀ ਇੱਕ ਉੱਧਰ ਵੱਡੇ ਮੌਲ ਵੱਜਦੇ ਸੀ ਤਿੰਨ ਰਾਜੇ ਮੌਲ ਅੱਛਾ ਉਸ ਪਿੰਡ ਦੀਆਂ ਤਿੰਨ ਹਕੂਮਤਾਂ ਸੀ ਅੱਛਾ ਨਾਭਾ ਪਟਿਆਲਾ ਅੰਗਰੇਜ਼ੀ ਅੱਛਾ ਇੱਕ ਪਿੰਡ 'ਚ ਤਿੰਨ ਹਕੂਮਤਾਂ ਸੀ ਅੱਛਾ ਉਹ ਸਾਡਾ ਵੱਡਾ ਪਿੰਡ ਸੀ ਅੱਛਾ ਅੱਛਾ ਅਤੇ ਜ਼ਿਲ੍ਹਾ ਕਿਹੜਾ ਸੀ ਜ਼ਿਲ੍ਹਾ ਹਿਸਾਰ ਹਾਂਜੀ ਸਾਰ ਸਾਰ ਹਾਂਜੀ ਜ਼ਿਲ੍ਹਾ ਸਾਰ ਅੱਛਾ ਅੱਛਾ ਜ਼ਿਲ੍ਹਾ ਸਾਰ ਸੀ ਹਾਂਜੀ ਚਲੋ ਮਾਸ਼ਾ ਅੱਲਾ ਅਤੇ ਉੱਥੋਂ ਜਦੋਂ ਵੰਡ ਪਈ ਆ ਐਲਾਨ ਹੋਇਆ ਗਦਰ ਪਏ ਫਿਰ ਤੁਸੀਂ ਉਦੋਂ ਤਾਂ ਉਦੋਂ ਚੱਲੇ ਸੀ ਉੱਥੋਂ ਉੱਥੋਂ ਚੱਲੇ ਨਹੀਂ ਸੀ ਜਦੋਂ ਵੰਡ ਪਈ ਹੈ ਨਾ ਜੀ ਜੀ ਉਦੋਂ ਐਲਾਨ ਹੋਇਆ ਵੀ ਤੁਸੀਂ ਪਾਕਿਸਤਾਨ ਚਲੇ ਜਾਓ ਅਤੇ ਉੱਥੇ ਇੱਧਰੋਂ ਹਿੰਦੂ ਉੱਧਰ ਗਏ ਅੱਛਾ ਉਹਨਾਂ ਦਾ ਜਿਹੜੇ ਇੱਧਰੋਂ ਗਏ ਹੈ ਲੱਤ ਮਾਰੀ ਸੀ ਅੱਛਾ ਕੁੱਟੇ ਮਾਰੇ ਸੀ ਜਿਹੜੇ ਇੱਧਰੋਂ ਗਏ ਸੀ ਹਾਂ ਰਸਤੇ ਦੇ ਵਿੱਚ ਉਹਨਾਂ ਨੂੰ ਕੁੱਟ ਮਾਰ ਕੀਤਾ ਸੀ ਹਾਂ ਅੱਛਾ ਉੱਥੇ ਲੋਕ ਸਾਨੂੰ ਲੱਗ ਪਏ ਮਾਰਨ ਅੱਛਾ ਤੁਸੀਂ ਕਿੱਥੇ ਮਤਲਬ ਜਦੋਂ ਉੱਥੋਂ ਵੰਡ ਪਈ ਆ ਜਦੋਂ ਚੱਲੇ ਹੋ ਉਹ ਕੋਈ ਯਾਦ ਆ ਵੀ ਕਿੱਥੇ ਕੁ ਪਹੁੰਚੇ ਸੀ ਅਤੇ ਜਦੋਂ ਤੁਹਾਨੂੰ ਉਹਨਾਂ ਨੇ ਮਾਰ ਕੁੱਟ ਕੀਤੀ ਆ ਜੀ ਕੋਈ ਸਾਨੂੰ ਮਾਰ ਕੁੱਟ ਕੇ ਆਪਣਾ ਨਹਿਰ 'ਚ ਸੁੱਟਤਾ ਅੱਛਾ ਸਾਡੇ ਜਿਹੜੇ ਸੀ ਨਾ ਪੰਜ ਚਾਰ ਜੀ ਉਹ ਵਿੱਚ ਮਰ ਗਏ ਹਾਂਜੀ ਉਹ ਵਿੱਚ ਮਰ ਗਏ ਨਹਿਰ ਦੇ ਅੱਛਾ ਅਸੀਂ ਤਿੰਨ ਬੱਚੇ ਸੀ
अच्छा ਤੁਸੀਂ ਤੁਹਾਡੇ ਕੌਣ ਕੌਣ ਸੀ ਉੱਥੇ ਜਦੋਂ ਘਰੋਂ ਚੱਲੇ ਹੋ ਕਾਫਲੇ 'ਚ ਯਾਦ ਹੋਣਾ ਤੁਸੀਂ ਤੁਹਾਡੇ ਵਾਲਦ ਸਾਹਿਬ ਸੀ ਨਾਲ ਅਸੀਂ ਕਾ ਵਾਲਦ ਸਾਹਿਬ ਫੌਤ ਹੋ ਚੁੱਕੇ ਸੀ ਪਹਿਲੇ ਅੱਛਾ ਪਹਿਲੇ ਹੀ ਫੌਤ ਹੋ ਚੁੱਕੇ ਸੀ ਕੌਣ ਕੌਣ ਚੱਲੇ ਸੀ ਉੱਥੋਂ ਕਾਫਲੇ ਘਰ ਦੇ ਕਿੰਨੇ ਅਫਰਾਦ ਸੀ ਤੁਸੀਂ ਕਾਫਲੇ ਵਿੱਚ ਅਸੀਂ ਨਹੀਂ ਆਏ ਅੱਛਾ ਅੱਛਾ ਉੱਥੇ ਪਿੰਡ 'ਤੇ ਰਹਿ ਗਏ ਅੱਛਾ ਅਸੀਂ ਆਏ ਹਾਂ ਆਪਣਾ ਮੁੜ ਕੇ ਉਹ ਬਾਹਰ ਲੱਗ ਪਏ ਨਾ ਹਿੰਦੁਸਤਾਨ ਵਾਲੇ ਰਹੇ ਸੀ ਜੀ ਜੀ ਲਿਖਾਏ ਸੀ ਜੀ ਜੀ ਉਹ ਫਿਰ ਉਹਨਾਂ ਬੰਦਿਆਂ ਨੂੰ ਫੜ ਕੇ ਅਤੇ ਲੈ ਗਏ ਕੈਂਪ 'ਚ ਅੱਛਾ ਕੈਂਪ ਸੀ ਉੱਥੇ ਬਣਿਆ ਹੋਇਆ ਅੱਛਾ ਅੱਛਾ ਉੱਥੋਂ ਫਿਰ ਕੈਂਪ ਦੇ ਜ਼ਰੀਏ ਅਸੀਂ ਇੱਥੇ ਆਏ ਅੱਛਾ ਤੁਸੀਂ ਯਾਨੀ ਥੋੜ੍ਹੇ ਜਿਹੇ ਬੰਦੇ ਹੀ ਸੀ ਕੋਈ ਵੱਡਾ ਕਾਫਲਾ ਨਹੀਂ ਸੀ ਨਹੀਂ ਅਸੀਂ ਕਾਫਲੇ 'ਚ ਨਹੀਂ ਆਏ ਅੱਛਾ ਹਕੂਮਤ ਦੇ ਜ਼ਰੀਏ ਹੀ ਆਏ ਅੱਛਾ ਅੱਛਾ ਕਿੰਨੇ ਮਤਲਬ ਘਰ ਤਾਂ ਤੁਸੀਂ ਕਿੰਨੇ ਭਾਈ ਸੀ ਪਹਿਲੇ ਅਸੀਂ ਤਿੰਨ ਭਾਈ ਸੀ ਅੱਛਾ ਚਾਰ ਪੰਜ ਭੈਣ ਜਿਹੜੇ ਉਦੋਂ ਆਏ ਉੱਥੋਂ ਹਿਜਰਤ ਕਰਕੇ ਇੱਥੇ ਉੱਥੋਂ ਅਸੀਂ ਸਾਡੀ ਮਾਈ ਸੀ ਅੱਛਾ ਅਤੇ ਦੋ ਭਰਾ ਸੀ ਵਾਲਦਾ ਸਾਹਿਬਾ ਤੁਹਾਡੀਆਂ ਅਤੇ ਨਾਲ ਤੁਹਾਡੇ ਦੋ ਭਾਈ ਹਾਂ ਅੱਛਾ ਅਤੇ ਰਸਤੇ 'ਚ ਤੁਹਾਨੂੰ ਮਾਰ ਕੁੱਟ ਉਹਨਾਂ ਕੀਤੀ ਰਸਤੇ 'ਚ ਕਿਤੇ ਜਿੱਥੇ ਕੋਈ ਆਏ ਸੀ ਸਿੱਖ ਜਾਂ ਕੋਈ ਕਿਸੇ ਨਹੀਂ ਨਹੀਂ ਕਿਸੇ ਨੇ ਕੀਤੀ ਕਿਸੇ ਨੇ ਕੀਤੀ ਉੱਥੇ ਹਕੂਮਤ ਦੀ ਪਾਬੰਦੀ ਹੋ ਚੁੱਕੀ ਸੀ ਅੱਛਾ ਅੱਛਾ ਉਹ ਕਿਸੇ ਨੇ ਇੱਥੋਂ ਤੱਕ ਆਡਰ ਸਾਹਿਬ ਜਿਹੜਾ ਮੁਸਲਮਾਨ ਨੂੰ ਮਾਰੇਗਾ ਉਹਨੂੰ ਮਾਰਿਆ ਜਾਏਗਾ ਯਾਨੀ ਐਲਾਨ ਕੀਤਾ ਅਤੇ ਫਿਰ ਜਿਹੜੇ ਰਹਿੰਦੇ ਸੀ ਬੰਦੇ ਫਿਰ ਉਹ ਆਏ ਅੱਛਾ ਅਤੇ ਰਸਤੇ 'ਚ ਕੋਈ ਮੁਸ਼ਕਲ ਨਹੀਂ ਪੇਸ਼ ਆਈ ਕੋਈ ਨਹੀਂ ਗੱਡੀ ਰਸਤੇ ਆਏ ਹਾਂਜੀ ਆਪਣਾ ਗੱਡੀ 'ਤੇ ਆਏ ਲਾਲ ਅੱਛਾ ਕਿਹੜਾ ਤੁਰ ਕੇ ਹਕੂਮਤ ਨਹੀਂ ਲਿਆਂਦਾ ਅੱਛਾ ਅੱਛਾ ਲਾਹੌਰ ਕੈਂਪ 'ਚ ਸਾਨੂੰ ਦਾਖਲ ਕਰਤਾ ਲਿਆ ਕੇ ਅੱਛਾ ਲਾਹੌਰ ਕੈਂਪ 'ਚ ਆ ਗਏ ਲਾਹੌਰ ਕੈਂਪ 'ਚ ਰਹੇ ਕੋਈ ਅਸੀਂ ਤਕਰੀਬਨ ਕੋਈ ਮਹੀਨਾ ਅੱਛਾ ਫਿਰ ਉੱਥੋਂ ਇੱਥੋਂ ਸਾਡਾ ਮਾਮਾ ਚਲਾ ਗਿਆ ਅੱਛਾ ਫਿਰ ਇਹ ਲੈ ਤੁਹਾਡੇ ਮਾਮਾ ਜੀ ਇੱਥੇ ਰਹਿੰਦੇ ਸੀ ਪਹਿਲੋਂ ਗਦਰ ਤੋਂ ਉਹ ਗਦਰ 'ਚ ਆ ਗਏ ਸੀ ਨਾ ਸੱਸ ਪਹਿਲਾਂ ਆ ਗਏ ਅੱਛਾ ਉਹ ਕਿੱਥੇ ਰਹਿੰਦੇ ਸੀ ਉਹ ਰਹਿੰਦੇ ਸੀ ਇੱਥੇ 68 ਤੱਕ ਅੱਛਾ 168 ਮੁਰਾਦ 'ਚ ਮੁਰਾਦ ਅੱਛਾ ਇੱਥੋਂ ਹੋ ਗਏ ਸੀ ਤੁਹਾਨੂੰ ਵੀ ਫਿਰ ਉੱਥੇ ਲੈ ਗਏ ਉਹ ਸਾਨੂੰ ਫਿਰ ਉੱਥੇ ਲੈ ਅੱਛਾ ਅੱਛਾ ਇੱਥੇ ਫਿਰ ਆਪਣਾ ਕਾਰੋਬਾਰ ਕਰ ਲਏ ਮੈਂ ਤਾਂ ਜ਼ਿਮੀਂਦਾਰੀ ਦਾ ਕਾਰੋਬਾਰ ਕਰਦਾ ਸੀ ਅੱਛਾ ਅੱਛਾ ਉੱਥੇ ਜਦੋਂ ਤੁਸੀਂ ਇੰਡੀਆ ਸੀ ਹਾਂਜੀ ਉੱਥੇ ਜਿਹੜਾ ਹਿਜਰਤ ਕਰਕੇ ਜਦੋਂ ਤੁਸੀਂ ਆਏ ਆ ਹਾਂਜੀ ਉੱਥੇ ਪਹਿਲਾਂ ਕੀ ਕਾਰੋਬਾਰ ਸੀ ਆਪਣਾ ਵਾਲਦ ਸਾਹਿਬ ਦਾ ਉਹਨਾਂ ਦਾ ਕਾਰੋਬਾਰ ਸੀ ਦੁਕਾਨ ਸੀ ਉਹਨਾਂ ਦੀ ਅੱਛਾ ਅਤੇ ਪੱਠਾ ਸੀ ਆਈਟਾਂ ਪਕਾਉਣ ਵਾਲਾ ਅੱਛਾ ਇਹ ਦੋ ਕਾਰੋਬਾਰ ਸੀ ਅੱਛਾ ਅੱਛਾ ਦੁਕਾਨ ਸੀ ਆਪਣੀ ਪੱਠਾ ਸੀ ਹਾਂਜੀ ਅਤੇ ਉੱਥੇ ਜਿਹੜੇ ਪਿੰਡ 'ਚ ਤੁਸੀਂ ਰਹਿੰਦੇ ਸੀ ਹਾਂਜੀ ਉੱਥੇ ਹੋਰ ਵੀ ਕੌਮਾਂ ਕੋ ਆਬਾਦ ਸੀ ਸਿੱਖ ਹਿੰਦੂ ਉੱਥੇ ਹਿੰਦੂ ਹੀ ਸੀ ਸਾਰੇ ਹਿੰਦੂ ਅਤੇ ਸਿੱਖ ਹਿੰਦੂ ਅਤੇ ਸਿੱਖ ਹਾਂ ਸਾਰਾ ਪਿੰਡ ਹੀ ਉਹਨਾਂ ਦਾ ਸੀ ਹਾਂਜੀ ਸਾਰਾ ਪਿੰਡ ਉਹਨਾਂ ਦਾ ਅਤੇ ਨਾਂ ਕੋਈ ਯਾਦ ਹੋਣੇ ਤੁਹਾਨੂੰ ਉਹਨਾਂ ਦੇ ਉਹਨਾਂ ਦੇ ਨਾਂ ਯਾਦ ਹੈ ਕਿਸੇ ਕੋਈ ਹੈ ਨਾਂ ਯਾਦ ਕੋਈ ਲੋਕ ਹਾਂ ਨਾਂ ਵੀ ਉੱਥੇ ਫਲਾਣਾ ਇੱਥੇ ਰਹਿੰਦਾ ਸੀ ਇੱਦਾਂ ਕੋਈ ਉੱਥੇ ਜਿਹੜੇ ਰਹਿੰਦੇ ਸੀ ਇੱਕ ਦਾ ਨਾਂ ਮੇਹਰ ਸਿੰਘ ਸੀ ਕੇਰ ਸਿੰਘ ਸੀ ਅੱਛਾ ਫਿਰ ਜਸੇਦਾਰ ਸੀ ਅੱਛਾ ਫਿਰ ਆਪਣਾ ਹਰਨਾਮ ਸਿੰਘ ਗੁਰਨਾਮ ਸਿੰਘ ਇਹ ਨਾਂ ਉਹਨਾਂ ਦੇ ਸੀ ਅੱਛਾ ਅੱਛਾ ਅਤੇ ਤੁਸੀਂ ਉੱਥੇ ਛੋਟੀ ਉਮਰ 'ਚ ਸੀ ਉਦੋਂ ਅਤੇ ਉਹਨਾਂ ਦੇ ਨਾਲ ਖੇਲਿਆ ਕਰਦੇ ਹੋਣੇ ਆ ਉਹ ਜਿਹੜੇ ਹਰਨਾਮ ਸਿੰਘ ਜਾਂ ਕੋਈ ਉਹਨਾਂ ਦੇ ਕਿਸੇ ਬੱਚਿਆਂ ਦੇ ਨਾਲ ਕੋਈ ਯਾਦ ਹੋਣਾ ਕੋਈ ਖੇਡਣ ਦਾ ਕੰਮ ਨਹੀਂ ਮੈਂ ਉਮਰ ਮੇਰੀ 20 ਸਾਲ ਦੀ ਮੈਂ ਕਾਰੋਬਾਰ ਕਰ ਸਕਦਾ ਸੀ ਅੱਛਾ ਅੱਛਾ ਮੈਂ ਫਿਰ ਆਪਣਾ ਆਪਣਾ ਕਾਰੋਬਾਰ ਕਰਨਾ ਉਹਨਾਂ ਦੇ ਨਾਲ ਮਿਲਣ ਵਰਤਣ ਹੈਗਾ ਸੀ ਤੁਹਾਡਾ ਜਿਹੜੇ ਉਹ ਸਿੱਖ ਸੀ ਹਾਂ ਉਹਨਾਂ ਨਾਲ ਮਿਲਣ ਵਰਤਣ ਅੱਗੇ ਹੀ ਹੈ ਸੀ ਅੱਛਾ ਘਰ ਆਉਣ ਜਾਣ ਉਹਨਾਂ ਦਾ ਮਤਲਬ ਖਾਣ ਪੀਣ ਇਕੱਠਾ ਹੁੰਦਾ ਸੀ ਉਦੋਂ ਹਾਂਜੀ ਉੱਥੋਂ ਫਿਰ ਜਦੋਂ ਤੁਸੀਂ ਆ ਗਏ ਇੱਥੇ ਆ ਕੇ ਉੱਥੇ ਜਿਹੜੇ ਬੇਲੀ ਸੀ ਦੋਸਤ ਸੀ ਉਹਨਾਂ ਦੀ ਯਾਦ ਤਾਂ ਆਉਂਦੀ ਹੋਵੇਗੀ ਤੁਹਾਨੂੰ ਬਿਲਕੁਲ ਆਉਂਦੀ ਹਾਂਜੀ ਬਿਲਕੁਲ ਆਉਂਦੀ ਹੈ ਯਾਦ ਉਹ ਵੀ ਤੁਹਾਨੂੰ ਮਤਲਬ ਯਾਦ ਕਰਦੇ ਹੋਣਗੇ ਕਦੀ ਰਾਬਤਾ ਨਹੀਂ ਕੀਤਾ ਉਹਨਾਂ ਨੇ ਉੱਥੋਂ ਕਿਸੇ ਨੇ ਇੱਕ ਦਿਨ ਖਾਤਾ ਆਇਆ ਅੱਛਾ ਖਾਤਾ ਆਇਆ ਸੀ ਮੈਨੂੰ ਖਾਤਾ ਆਇਆ ਨੰਬਰਦਾਰ ਦਾ ਅੱਛਾ ਖਾਤੇ 'ਚ ਕੀ ਆਖਿਆ ਸੀ ਉਹਨੇ ਖੈਰ ਮਿਹਰ ਪੁੱਛੀ ਸੀ ਖੈਰ ਮਿਹਰ ਪੁੱਛੀ ਅੱਛਾ ਆਪਣੀ ਦੱਸੀ ਸਾਡੀ ਉੱਥੇ ਫਿਰ ਮਤਲਬ ਹੋਰ ਵੀ ਲੋਕ ਰਹਿੰਦੇ ਸੀ ਉਹਨਾਂ ਨਾਲ ਤੁਸੀਂ ਇਕੱਠੇ ਰਹਿੰਦੇ ਸੀ ਹਾਂ ਮਿਲਣ ਵਰਤਣ ਹੈ ਸੀ ਮਿਲਣ ਵਰਤਣ ਹੈ ਸੀ
ਫਿਰ ਜੋ ਤੁਸੀਂ ਆ ਗਏ ਬਾਅਦ 'ਚ ਉਹਨਾਂ ਦੇ ਖਤ ਖਤ ਪੱਤਰ ਵੀ ਆਉਂਦੇ ਰਹੇ ਤੁਹਾਨੂੰ, ਰਾਬਤਾ ਉਹਨਾਂ ਨਾਲ ਰਿਹਾ, ਫਿਰ ਬਿਲਕੁਲ ਖਤਮ ਹੋ ਗਿਆ। ਗੜਬੜ ਬਣੀ ਹੈ ਨਾ, ਤੇ ਬਾਹਰੋਂ ਪਹਿਲੋਂ ਵਾਲਿਆਂ ਕੁਛ ਨੀ ਸਾਨੂੰ ਆਖਿਆ। ਅੱਛਾ, ਪਿੰਡ ਵਾਲਿਆਂ ਕੁਛ ਨੀ ਆਖਿਆ ਜਦੋਂ ਗਦਰ ਪਏ ਆ ਬਾਹਰੋਂ? ਫਿਰ ਪਿਆ ਨਾ ਕਾਫਲਾ। ਅੱਛਾ, ਉਹ ਸਾਨੂੰ ਫੜ ਕੇ ਲੈ ਕੇ ਫੜ ਕੇ ਲੈ ਗਏ ਤੁਹਾਨੂੰ? ਹਾਂ। ਅੱਛਾ, ਕਿਹਨੂੰ ਕਿਹਨੂੰ ਫੜ ਕੇ ਲੈ ਗਏ? ਸਾਡੇ ਬੱਚੀਆਂ ਸੀ ਦੋ ਤਿੰਨ, ਅਸੀਂ ਸੀ ਦੋਵੇਂ ਭਰਾ। ਅੱਛਾ, ਸਾਡੀ ਮਾਈ ਸੀ। ਅੱਛਾ, ਸਾਨੂੰ ਵੱਢ ਕੇ ਉੱਥੇ ਸੁੱਟਤਾ ਨਹਿਰ 'ਚ। ਓਏ ਹੋਏ, ਵੱਢ ਕੇ ਨਹਿਰ 'ਚ ਸੁੱਟਤਾ? ਹਾਂਜੀ। ਉਹ ਸਾਰਿਆਂ ਨੂੰ ਤੁਹਾਨੂੰ? ਹਾਂਜੀ, ਸਾਰਿਆਂ ਨੂੰ। ਅੱਛਾ, ਉਹ ਫਿਰ ਬੱਚੇ ਕਿੱਦਾਂ ਤੁਸੀਂ ਉੱਥੋਂ, ਕਿਵੇਂ ਕੀ ਸੂਰਤ, ਸਾਰੀ ਗੱਲ ਸੁਣਾਓ। ਹਾਂ, ਬੱਚੇ ਇੱਦਾਂ ਵੀ ਉਹਨਾਂ ਵੱਢ ਕੇ ਟੁੱਕ ਕੇ ਆਪਣੇ ਜਾਣੀ ਨਹਿਰ 'ਚ ਸੁੱਟ ਦਿੱਤਾ। ਅੱਛਾ, ਮੈਂ ਤਾਂ ਬੇਹੋਸ਼ ਸੀ। ਅੱਛਾ, ਮਾਈ ਬੇਹੋਸ਼ ਸੀ, ਜਿਹੜਾ ਛੋਟਾ ਸੀ ਉਹਨੂੰ ਸੱਟ ਨਹੀਂ ਸੀ ਲੱਗੀ। ਅੱਛਾ, ਇਹ ਮਾੜਾ ਜਿਹਾ ਨਾ ਚੰਡ ਲੱਗਾ ਹੈ ਮਾੜਾ ਜਿਹਾ। ਅੱਛਾ, ਉਹ ਨਹਿਰ ਦੇ ਵਿੱਚ ਤੁਰਦਾ ਗਿਆ, ਤਰਦਾ ਗਿਆ। ਅੱਛਾ, ਅਸੀਂ ਬੇਹੋਸ਼ ਗਏ। ਅੱਛਾ, ਉਹਨੇ ਦੋ ਮੀਲਾਂ 'ਤੇ ਜਾ ਕੇ ਸਾਨੂੰ ਫੜ ਲਿਆ, ਮੈਨੂੰ ਫੜਿਆ, ਖੜਾ ਕੀਤਾ। ਮੈਂ ਆਖਿਆ ਮੇਰੇ ਸੱਟ ਬੜੀ ਲੱਗੀ ਹੈ, ਮੇਰਾ ਇੱਕ ਗੁਰਦਾ ਵੱਢਿਆ ਹੋਇਆ, ਪੱਠਾ ਵੱਢਿਆ ਹੋਇਆ। ਅੱਛਾ, ਇੱਥੇ ਆ ਪਿੱਛੇ ਗਰਦਨ 'ਤੇ ਲੱਗੇ ਸੀ? ਹਾਂ। ਅੱਛਾ, ਇੱਥੇ ਤਾਂ ਸਾਡੀ ਮਾਈ ਵੀ ਟੁੱਟੀ ਉੱਤੇ ਰੇੜੀ ਆਉਂਦੀ ਸੀ, ਅਸੀਂ ਉਹਨੂੰ ਫੜ ਲਿਆ, ਉਹ ਬੇਹੋਸ਼ ਹੋ ਗਏ। ਅੱਛਾ, ਉਹਨੂੰ ਉੱਥੇ ਲੰਮਾ ਪਾ ਲਿਆ ਆਪਣੇ ਹੱਥਾਂ 'ਤੇ। ਅੱਛਾ, ਫਿਰ ਖਵਾਇਆ ਬੁਲਾਇਆ, ਮਾਈ ਸਾਡੀ ਲੱਗੀ ਆਖਣਾ ਮੈਨੂੰ ਛੱਡ ਦਿਓ। ਅੱਛਾ, ਮੈਂ ਅਲਮਰੀ ਹੈਗੀ ਹੈ, ਮੈਂ ਤੁਸੀਂ ਜਾਓ ਜੇ ਤੁਹਾਡੀ ਜ਼ਿੰਦਗੀ ਬਚੀ ਹੈ ਅਤੇ ਮੈਨੂੰ ਜਾਣ ਦਿਓ। ਅੱਛਾ, ਅਸੀਂ ਆਖਿਆ ਮੈਂ ਅੱਲਾ ਮਿਹਰਬਾਨੀ ਕਰੇ ਜੇ ਸਾਡੀ ਜ਼ਿੰਦਗੀ ਬਚੀ ਤੇਰੀ ਵੀ ਬਚ ਜਾਏਗੀ, ਅੱਲਾ ਸੋਹਣਾ ਰਹਿਮ ਕਰੇ। ਹਾਂਜੀ, ਫਿਰ ਉੱਥੋਂ ਅਸੀਂ ਤੁਰੇ ਇੱਕ ਪਿੰਡ ਆਉਂਦਾ ਸੀ। ਅੱਛਾ, ਕੋਈ ਮੀਲ ਕਿਤੇ। ਅੱਛਾ, ਉੱਥੇ ਸਾਡੀ ਦੁਆ ਸਲਾਮ ਸੀ। ਅੱਛਾ, ਉਹ ਵੀ ਸਿੱਖ ਸਨ। ਅੱਛਾ, ਉਹਨਾਂ ਦਾ ਜਾ ਕੇ ਬੂਹਾ ਖੜਕਾਇਆ। ਉਹ ਪਿੰਡ ਦਾ ਨਾਂ ਤਾਂ ਨਹੀਂ ਯਾਦ ਹੋਣਾ? ਉਹਦਾ ਨਾਂ ਸੀਗਾ ਚੱਠੇ। ਚੱਠੇ? ਚੱਠੇ। ਅੱਛਾ, ਉੱਥੇ ਚੱਠੇ ਰਹਿੰਦੇ ਹੋਣਗੇ, ਚੱਠੇ ਜ਼ਾਤ ਦੇ ਲੋਕ। ਉਹਨਾਂ ਜਾ ਚੱਠਿਆਂ ਦੇ ਪਿੰਡ ਦਾ ਨਾਂ ਚੱਠੇ। ਅੱਛਾ, ਉੱਥੇ ਕੋਈ ਸਿੱਖ ਵਾਕਫੀਅਤ ਵਾਲੇ ਹੈਗੇ ਸੀ ਉੱਥੇ? ਅਸੀਂ ਨਮਾਜ਼ ਵੇਲੇ ਆ ਗਏ। ਅੱਛਾ, ਉਹ ਮਾਈ ਦੇ ਵਾਕਫ ਸੀ ਇੱਕ ਮਾਈ। ਅੱਛਾ, ਬੜੀ ਵਾਕਫ ਸੀ। ਅੱਛਾ, ਉਹਨੇ ਬੂਹਾ ਖੜਕਾਇਆ। ਅੱਛਾ, ਅਤੇ ਆਈ ਕੌਣ ਹੈ ਦੀਨੋ? ਹਾਂ, ਤੁਹਾਨੂੰ ਤਾਂ ਮਾਰਤਾ ਸੁਣਿਆ ਸੀ। ਅੱਛਾ, ਅਸੀਂ ਮਾਰੇ ਹੋਏ ਹਾਂ, ਜੇ ਤਾਂ ਮਾਰਿਆਂ ਨੂੰ ਸਾਂਭ ਸਕਦੀ ਹੈ ਫਿਰ ਤਾਂ ਸਾਨੂੰ ਅੰਦਰ ਕਰ ਲਾ, ਤਿੰਨੇ ਹੀ ਬੂਹਾ ਲੱਗਾ ਰਹਿਣ। ਅੱਛਾ, ਉਹਨੇ ਬੂਹਾ ਖੋਲ ਤਾ। ਇਹ ਗੱਲ ਤੁਹਾਡੀ ਵਾਲਦਾ ਕਹਿਣ ਲੱਗੀ ਉਹਨੂੰ? ਹਾਂ। ਅੱਛਾ, ਬੂਹਾ ਖੋਲ ਕੇ ਅੰਦਰ ਲੈ ਗਈ, ਲਿਜਾ ਕੇ ਉੱਤੇ ਉਹਦੇ ਦੋ ਪੁੱਤਰ ਪਏ ਸੀ, ਉਹਨਾਂ ਨੂੰ ਨਹੀਂ ਦੱਸਿਆ। ਅੰਦਰ ਲੈ ਗਈ ਸਾਨੂੰ, ਉੱਥੇ ਉਹਨੇ ਵੇਖੇ ਜ਼ਖਮ ਦੇਖੇ, ਉਹਨੇ ਹਾਜ਼ਰ ਮੌਕਿਆ, ਉਹਨੇ ਮਿੱਟੀ ਦਾ ਤੇਲ ਲਾਇਆ। ਅੱਛਾ, ਜ਼ਖਮ। ਅੱਛਾ, ਅੰਦਰ ਪਾਤਾ ਸਾਨੂੰ, ਉਹਨੇ ਰੋਟੀ ਟੁੱਕ ਖਵਾ ਲਿਆ। ਅੱਛਾ, ਉਹਨੇ ਫਿਰ ਸਾਨੂੰ 15 ਦਿਨ ਰੱਖੇ। ਅੱਛਾ, ਉਹ ਮਾਈ ਦਾ ਨਾਂ? ਮਾਈ ਦਾ ਨਾਂ ਮੈਨੂੰ ਚੇਤੇ ਨਹੀਂ ਆਉਂਦਾ। ਅੱਛਾ, ਉਹ 15 ਦਿਨ ਉਹਨੇ ਸਾਨੂੰ ਸਾਂਭਿਆ ਜੀ। ਅੱਛਾ, ਪਿਸ਼ਾਬ ਅਸੀਂ ਕਰਨਾ ਅੰਦਰੇ, ਉਹ ਵਿਚਾਰੀ ਸੁੱਟ ਕੇ ਆਉਂਦੀ ਬਾਹਰ। ਅੱਛਾ, ਉਹਨਾਂ ਨੂੰ ਸਾਂਭਿਆ ਉਹਨੇ 15 ਦਿਨਾਂ ਤੋਂ ਬਾਅਦ। ਉਹਦੇ ਬੱਚਿਆਂ ਦੇ ਸੀ ਵੀ ਮੁਸਲਮਾਨਾਂ ਦੀਆਂ ਬੱਚੀਆਂ ਨਹੀਂ ਰੱਖਣੀਆਂ। ਅੱਛਾ, ਮਾਰ ਦਿਓ, ਮਾਰ ਰੱਖੋ ਨਾ। ਅੱਛਾ, ਉਹਦੇ ਬੇਟੇ ਆਉਂਦੇ ਸੀ? ਬੇਟੇ ਆਉਂਦੇ ਸੀ। ਅਤੇ ਪਿੰਡ ਦੇ ਲੋਕ ਆਖਣ ਵੀ ਤੁਸੀਂ 3 ਜਨਾਨੀਆਂ ਰੱਖੀਆਂ, ਲੋਕਾਂ ਨੂੰ ਤਬਲੀਗ ਕਰਦੇ ਹੋ। ਉਹਨਾਂ ਪਰਿਆ ਇਕੱਠੀ ਕਰ ਲਈ ਸਿੱਖਾਂ ਨੇ। ਅੱਛਾ, ਜਦੋਂ ਸਿੱਖਾਂ ਪੱਠੇ ਪਰਿਆ ਕਰ ਲਿਆ, ਉਹਨੇ ਆਖਿਆ ਵੀ ਕੋਈ ਬੰਦਾ ਨਹੀਂ, ਕੋਈ ਲੈਣਾ ਨਹੀਂ, ਦੋ ਬੱਚੇ ਨੇਗੇ ਰਹਿਮਤ ਅਲੀ ਦੇ, ਘੁਮਿਆਰ ਦੇ।
ਟਿਗੜੀ ਆਏ ਦੇ ਨਾਲ ਹੀ ਟਿਗੜੀ ਸੀ ਅੱਛਾ ਤੁਹਾਡਾ ਪਿੰਡ ਜਿਹੜਾ ਸੀ ਹਾਂ ਉਹ ਅੱਜ ਫਿਰ ਤੁਸੀਂ ਜਿੱਦਣ ਦੇ ਆਏ ਸਾਨੂੰ ਕਿਉਂ ਨਾ ਦੱਸਿਆ ਉਹ ਤਾਂ ਸਾਡਾ ਬੇਲੀ ਅੱਛਾ ਕੌਣ ਕਹਿਣ ਲੱਗਾ ਉਹ ਸਿੱਖਾ ਜਿਹਨਾਂ ਨੇ ਪਰਿਆ ਕੀਤੀ ਸੀ ਵੀ ਉਹ ਤਾਂ ਸਾਡਾ ਬੇਲੀ ਸੀ ਅੱਛਾ ਅਸੀਂ ਵੀ ਖਿਦਮਤ ਕਰ ਰਹੇ ਫਿਰ ਅਸੀਂ ਉੱਥੇ ਰਹੇ ਉਹਨਾਂ ਪਿੰਡ ਚਲੇ ਗਏ ਪਿੰਡ ਵਾਲਿਆਂ ਨੇ ਆਖਿਆ ਚਲ ਰਹੋ ਇੱਥੇ ਆਰਾਮ ਕਰੋ ਮਕਾਨ ਦੇ ਦਿੱਤਾ ਅੱਛਾ ਰੋਟੀ ਟੁੱਕ ਦਾ ਇੰਤਜ਼ਾਮ ਉਹਨਾਂ ਹੈ ਸਾਨੂੰ ਪੱਕੀ ਪਕਾਈ ਰੋਟੀ ਦੋਈ ਚਿੰਨੀ ਸਾਨੂੰ ਉਹ ਦੇ ਦਿਆ ਕਰਨ ਅੱਛਾ ਅਸੀਂ ਜਦੋਂ ਤੰਦਰੁਸਤ ਹੋ ਗਏ ਫਿਰ ਅਸੀਂ ਬਾਹਰ ਤੁਰਨ ਫਿਰਨ ਲੱਗ ਪਏ ਫਿਰ ਅਸੀਂ ਉਹ ਜ਼ਿਮੀਦਾਰ ਆਖਣ ਲੱਗੇ ਵੀ ਤੁਸੀਂ ਐਂ ਕੰਮ ਕਰਿਆ ਕਰੋ ਸਾਡੀਆਂ ਮੱਝਾਂ ਨੂੰ ਪਾਣੀ ਪਿਆ ਜਾ ਅੱਛਾ ਅਤੇ ਰੋਟੀ ਖਾਈ ਦੇਖੋ ਅੱਛਾ ਫਿਰ ਮੈਂ ਕਮਜ਼ੋਰ ਬੜਾ ਹੋ ਗਿਆ ਸੀ ਸਰਟ ਨੇ ਕਮਜ਼ੋਰ ਕੀਤਾ ਸੀ ਮੈਂ ਮੱਝਾਂ ਨੂੰ ਪਾਣੀ ਡਾਹ ਲਿਆਉਣਾ ਅਤੇ ਬੰਨ੍ਹ ਲੈਣੀ ਆ ਅੱਛਾ ਐਸੇ ਰੱਬ ਦੀ ਮਰਜ਼ੀ ਇੱਕ ਮੱਝ ਦਾ ਕੱਟਾ ਮਰ ਗਿਆ ਅੱਛਾ ਜੋ ਕੱਟਾ ਮਰ ਗਿਆ ਅਤੇ ਮੱਝ ਨਾ ਮਿਲੀ ਮੈਂ ਬਾਹਰ ਖੇਡਣ ਗਿਆ ਹੋਇਆ ਅੱਛਾ ਬੰਦਾ ਮੈਨੂੰ ਸੱਦਣ ਗਿਆ ਵੀ ਤੈਨੂੰ ਆਪਣਾ ਜਥੇਦਾਰ ਸੱਦਦਾ ਹੈ ਅੱਛਾ ਮੈਂ ਕਿਹਾ ਕੌਣ ਸੱਦਦਾ ਜੀ ਜਥੇਦਾਰ ਅੱਛਾ ਉਹਦਾ ਨਾਂ ਸੀ ਨਾਂ ਸੀ ਮੈਂ ਗਿਆ ਆਪਣੇ ਆਪਣਾ ਮੱਝ ਪਸਮਾ ਅੱਛਾ ਮਿਲੀ ਨਾ ਨਾ ਮੈਂ ਉਹ ਖੁੰਡਾ ਸੀ ਨਾ ਖੇਡਣ ਵਾਲਾ ਉਹ ਕੱਚ 'ਚ ਰੱਖ ਲਿਆ ਅਤੇ ਮੈਂ ਮੱਝ ਪਸਮਾ ਸੀ ਅੱਛਾ ਉਹਨਾਂ ਦੇ ਨਾਪ 'ਚ ਹੋਇਆ ਕੋਈ ਅੱਧਾ ਕਿਲੋ ਦੁੱਧ ਛੱਡਤਾ ਆਖਣ ਲੱਗਿਆ ਚੁੰਘ ਅਤੇ ਚੁੰਘਿਆ ਕਰ ਅੱਛਾ ਮੱਝ ਪਸਮਾ ਦਿਆ ਕਰ ਅਤੇ ਚੁੰਘਿਆ ਕਰ ਉਹ ਰੱਬ ਨੇ ਸਬੱਬ ਬਣਾ ਤਾ ਨਾਲੇ ਰੋਟੀ ਨਾਲ ਮੈਨੂੰ ਅੱਧਾ ਕਿਲੋ ਦੁੱਧ ਦੇਣ ਨਾਲੇ ਕੋਈ ਕਿਹੜਾ ਉੱਥੇ ਧੋਲਿਆ ਹੁੰਦਾ ਸੀ ਦੁੱਧ ਮੈਂ ਰੱਜ ਕੇ ਪੀ ਲੈਂਦਾ ਅਤੇ ਸਿਹਤ ਬਿਹਤਰ ਹੋਣ ਲੱਗ ਪਈ ਨਾ ਮੈਂ ਤਾਂ ਨਾ ਦੂਣਾ ਹੋ ਗਿਆ ਅੱਛਾ ਫਿਰ ਮੌਸਮ ਆ ਗਿਆ ਹਾੜੀ ਦਾ ਮੈਂ ਹਾੜੀ ਵੱਢਣ ਲੱਗ ਪਏ ਅੱਛਾ ਹਾੜੀ ਫਿਰ ਆਪਣੀ ਵੱਢੀ ਆਪਣੀ ਮਿਹਨਤ ਲਈ ਮਿਹਨਤ ਲੈ ਕੇ ਵੱਢਦੇ ਰਹੇ ਫਿਰ ਉੱਥੇ ਆਪਣਾ 4 ਸਾਲ ਗੁਜ਼ਰ ਕੀਤੀ ਇਸ ਦਿਨ ਫਿਰ ਆਰਡਰ ਆ ਗਿਆ ਵੀ ਜਿਹੜੇ ਮੁਸਲਮਾਨ ਰਹਿੰਦੇ ਇਹਨਾਂ ਨੂੰ ਪਾਕਿਸਤਾਨ 'ਚ ਭੇਜੋ ਅੱਛਾ ਫਿਰ ਉਹ ਛੜੇਦਾਰ ਆਇਆ ਵਾਕਫ ਸੀ ਆਖਣ ਲੱਗਾ ਚਲੋ ਵੀ ਆਰਡਰ ਆ ਗਿਆ ਹਿਲੇ ਰਹਿ ਨਹੀਂ ਸਕਦੇ ਅੱਛਾ ਫਿਰ ਚਲੋ ਉਹਨੇ ਫੜਿਆ ਤਾ ਜਾ ਕੇ ਆਪਣਾ ਤੁਹਾਨੂੰ ਸਾਰਿਆਂ ਨੂੰ ਲੈ ਗਏ ਉੱਥੋਂ ਲੈ ਗਏ ਸਾਨੂੰ ਤਿੰਨਾਂ ਨੂੰ ਪਿੰਡ ਵਾਲਿਆਂ ਨੇ ਆਖਿਆ ਇਹਨਾਂ ਨੂੰ ਰਹਿਣ ਦਿਓ ਇੱਥੇ ਅਸੀਂ ਰਵਾਂਗੇ ਯਾਰ ਪਿੰਡ ਵਾਲਿਆਂ ਆਖਿਆ ਨਹੀਂ ਹਕੂਮਤ 'ਚ ਅਸੀਂ ਦਖਲ ਨਹੀਂ ਦੇ ਸਕਦੇ ਡਰਦੇ ਫਿਰ ਉਹ ਰਹੋ ਅਤੇ ਤੁਸੀਂ ਤੁਹਾਡਾ ਪਿੰਡ ਹੈ ਨਾ ਰਹੋ ਅਤੇ ਮੈਂ ਜੀ ਰਹਿਣ ਜੋ ਨਹੀਂ ਦਿੰਦੇ ਹਕੂਮਤ ਫਿਰ ਜਦੋਂ ਸਾਨੂੰ 35 ਦੀ ਜੰਗ ਲੱਗੀ ਹੈ ਉਦੋਂ ਮੈਂ 8-9 ਸਾਲਾਂ ਦਾ ਅੱਛਾ 35 'ਚ ਸਨ 35 ਦੀ ਜਦੋਂ ਜੰਗ ਲੱਗੀ ਹੈ ਉਦੋਂ ਮੈਂ ਆਪਣੇ ਘਰਾਂ 'ਚ ਸੀ ਨਾ ਅਮਰ ਨਾਮ ਕਹਿਣ ਬਸ ਰਹੇ ਸੀ ਉਹ ਤਿਗੜੀ ਪਿੰਡ ਜਿਹੜਾ ਤੁਸੀਂ ਦੱਸਿਆ ਹਾਂਜੀ ਉੱਥੇ ਸੀ ਉੱਥੇ ਉਦੋਂ ਇਹ ਕੰਮ ਕਰਦੇ ਸੀ ਬੰਦਿਆਂ ਨੂੰ ਫੜ ਕੇ ਲੈ ਜਾਂਦੇ ਸੀ ਅੱਛਾ ਸਿਰਫ ਬੰਦੂਕ ਚਲਾਉਣ ਲਈ ਕਰਦੇ ਸੀ ਜਾਂਚ ਦੱਸਦੇ ਸੀ ਗਾਂ ਫੌਜ 'ਚ ਭਰਤੀ ਕਰ ਦਿੰਦੇ ਸੀ ਉੱਥੇ ਸਿੰਘਾਪੁਰ ਮਲਾਇਆ 'ਚ ਬੰਬਾਰੀ ਹੁੰਦੀ ਸੀ ਸਿੰਘਾਪੁਰ ਮਲਾਇਆ ਅੱਛਾ ਉਹ ਹਿੰਦੁਸਤਾਨ ਦਾ ਇੱਕ ਹਿੱਸਾ ਹੈ ਅੱਛਾ ਉੱਥੇ ਇੱਕ ਬੰਦਰਗਾਹ ਹੈ ਅੱਛਾ ਉੱਥੇ ਜਨਰਲ ਜਪਾਨ ਨੇ ਜੰਗ ਕਰਨ ਵਾਸਤੇ ਕਿ ਬਰਤਾਨੀਆ ਤੋਂ ਖੋਹਣ ਵਾਸਤੇ ਇਹ ਮੁਲਕ ਸਾਡਾ ਜੇ ਅਸੀਂ ਖੋਲ੍ਹਾਂਗੇ ਅਤੇ ਉਹਨੂੰ ਕੈਦੀ ਕਰ ਲਾਂਗੇ ਉਹ ਪਹਿਲੇ ਤਾਂ ਮਾੜਾ ਮੋਟਾ ਜੰਗ ਕਰ ਰਿਹਾ ਉਹਨਾਂ ਕੋਲ ਜਹਾਜ਼ ਐਡਾ ਵੱਡਾ ਸੀ ਜਿਹੜਾ ਸਮੁੰਦਰ ਦੇ ਵਿੱਚ ਖਲੋਤਾ ਸੀ ਉਹਦੇ ਵਿੱਚੋਂ ਜਹਾਜ਼ ਉੜਦੇ ਸੀ ਅੱਛਾ ਅਤੇ ਵਿੱਚ ਜਾ ਕੇ ਬਹਿੰਦੇ ਸੀ
ਬੰਬਾਰੀ ਕਰਕੇ ਜੀ ਜੀ ਵੇਖਿਆ ਵੀ ਮੈਂ ਨਹੀਂ ਜਿੱਤ ਸਕਦਾ ਇਹ ਲੈ ਜਾਣਗੇ ਫਿਰ ਉਹਨੇ ਸਾਡੀ ਪੰਜਾਬੀਆਂ ਦੀ ਫੌਜ ਸੱਦੀ ਹਾਂਜੀ ਬਰਤਾਨੀਆ ਦੇ ਜਿਹੜਾ ਹੈ ਸੀ ਨਾ ਬੈਸਰਾ ਉਹਨੇ ਸੱਦਿਆ ਵੀ ਤੁਸੀਂ ਜੇ ਹੁਣ ਜੰਗ ਜਿੱਤ ਲਓ ਤੁਹਾਨੂੰ ਆਜ਼ਾਦ ਕਰ ਰਹੇ ਅਸੀਂ ਛੱਡ ਕੇ ਚਲੇ ਜਾਵਾਂ ਅੱਛਾ ਉਹਨੇ ਆਖਿਆ ਲਿਖ ਲੇ ਜੰਗ ਜਿੱਤ ਰਿਹਾਗਾ ਲਿਖ ਲੇ ਅੱਛਾ ਉਹਨੇ ਲਿਖਤਾ ਸਾਡਾ ਮੁਲਕ ਆਜ਼ਾਦ ਕਰ ਦਿਆਂਗਾ ਤੁਸੀਂ ਜੰਗ ਜਿੱਤ ਜਾਓ ਉਸ ਬੰਦੇ ਨੇ ਆਇਆ ਇੱਕ ਜਨਰਲ ਸੀ ਉਹਨੇ ਆਖਿਆ ਮੈਨੂੰ ਜਹਾਜ਼ ਲਿਓ ਉਹਨੂੰ ਅਸਲਾ ਉਹਦੇ ਵਿੱਚ ਰੱਖੋ ਇਸ ਜਿਹੜਾ ਬੇੜਾ ਹੈ ਮੈਂ ਇਹਨੂੰ ਉਡਾ ਦਿਆਂਗਾ ਅੱਛਾ ਉਹਨਾਂ ਦੇ ਨਾਲ ਜਿਹੜੇ ਨੰਬਰ ਸ਼ੰਬਰ ਸੀ ਮਾਰ ਕੇ ਅਤੇ ਅਸਲਾ ਰੱਖ ਕੇ ਵਿੱਚ ਬੰਬ ਅਤੇ ਤਰ ਗਿਆ ਅਤੇ ਉਹਨਾਂ ਦੇ ਜਹਾਜ਼ ਆਉਂਦੇ ਸੀ ਨੀਵੇਂ ਉੱਤਾ ਚਲਾ ਗਿਆ ਫਿਰ ਉੱਤਾ ਚਲਿਆ ਗਿਆ ਫਿਰ ਹੌਲੀ ਹੌਲੀ ਨੇੜੇ ਆਉਂਦਾ ਗਿਆ ਹੌਲੀ ਹੌਲੀ ਨੇੜੇ ਆ ਗਿਆ ਅਤੇ ਉਹਨਾਂ ਨੇ ਲਾਲ ਚੰਡੀ ਦਿੱਤੀ ਹੁੰਦੀ ਅੱਛਾ ਅਤੇ ਉਹ ਫਿਰ ਨੇੜੇ ਇੰਨਾ ਆ ਗਿਆ ਕਿ ਉਹਨਾਂ ਆਖਿਆ ਵੀ ਇਹ ਆਪਣਾ ਜਹਾਜ਼ ਹੈ ਇਹ ਉਤਰਨ ਵਾਸਤੇ ਆਇਆ ਉਹਨਾਂ ਦੇ ਨਾਮ ਹਰੀ ਝੰਡੀ ਦੇ ਅੱਛਾ ਜਦੋਂ ਹਰੀ ਝੰਡੀ ਦਿੱਤੀ ਉਹ ਗੇੜਾ ਦਿੱਤਾ ਨੇੜੇ ਕਰਕੇ ਉਹ ਜਹਾਜ਼ ਜਿਹੜੀ ਚਿਮਨੀ ਸੀ ਐਡੀ ਵੱਡੀ ਸੀ ਉਹ ਜਹਾਜ਼ ਸਣੇ ਸਾਰਾ ਵਿੱਚ ਵੜ ਗਿਆ ਚਿਮਨੀ 'ਚ ਵੜ ਗਿਆ ਜਦੋਂ ਵਿੱਚ ਗੈਸ ਚਲਾ ਗਿਆ ਅਤੇ ਵਿੱਚ ਫਿਰ ਬੰਬ ਫਟੇ ਅਤੇ ਉਹ ਜਿਹੜਾ ਬੇੜਾ ਸੀ ਉੱਥੇ ਗਰਕ ਹੋ ਗਿਆ ਅੱਛਾ ਅੱਛਾ ਅਤੇ ਫਿਰ ਅੰਗਰੇਜ਼ਾਂ ਦਾ ਅੰਗਰੇਜ਼ਾਂ ਜਨਮ ਜਪਾਨ ਦਾ ਸੀ ਇਹ ਬਰਤਾਨੀਆ ਤੋਂ ਖੋਣ ਵਾਸਤੇ ਅੱਛਾ ਬਰਤਾਨੀਆ ਤੋਂ ਖੋਣ ਵਾਸਤੇ ਠੀਕ ਹੋ ਗਿਆ ਇਹ ਜਿਹੜਾ ਮੁਲਕ ਹੈ ਸਾਡਾ ਵੀ ਅਤੇ ਪਾਕਿਸਤਾਨ ਦਾ ਵੀ ਅਤੇ ਹਿੰਦੁਸਤਾਨ ਇਹਦਾ ਨਾਂ ਅੰਗਰੇਜ਼ਾਂ ਨੇ ਸੋਨੇ ਲਈ ਚਿੜੀ ਰੱਖਿਆ ਹੋਇਆ ਅੱਛਾ ਕਿਉਂਕਿ ਇਸ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਸੋਨਾ ਵੀ ਚਾਂਦੀ ਵੀ ਹਰ ਸ਼ੈ ਦੇ ਵਿੱਚ ਪੈਦਾ ਅੱਲਾ ਪਾਕ ਨੇ ਬੇਸ਼ੁਮਾਰ ਨੇਮਤਾਂ ਨਾਲ ਨਵਾਜ਼ਿਆ ਵਾ ਇਸ ਖਿੱਤੇ ਨੂੰ ਬਰੇ ਸਗੀਰ ਪਾਕ ਹਿੰਦ ਨੂੰ ਬੜੀਆਂ ਸਾਰੀਆਂ ਮਤਲਬ ਇੱਥੇ ਹਰ ਤਰ੍ਹਾਂ ਦੀਆਂ ਕੁਦਰਤੀ ਵਸਾਇਲ ਅੱਲਾ ਤਬਾਰਕ ਤਾਲਾ ਦੀ ਜ਼ਾਤ ਦੇ ਰੱਖੇ ਮਾਦਨੀਆਤ ਰੱਖੀ ਅੱਲਾ ਤਾਲਾ ਨੇ ਇੱਥੇ ਖਜ਼ਾਨਾ ਤਾਂ ਹੀ ਅੰਗਰੇਜ਼ ਇੱਥੋਂ ਜਾਨ ਨਹੀਂ ਸੀ ਛੱਡਦੇ ਨਹੀਂ ਛੱਡਦੇ ਜੀ ਜਾਨ ਗਵਾ ਕੇ ਜੀ ਜੀ ਫਿਰ ਹੁਣ ਇਹ ਮੁਲਕ ਹਾਸਲ ਕੀਤਾ ਸਹੀ ਮਾੜੀ ਮੋਟੀ ਕਰ ਲਏ ਸੀ ਤੁਸੀਂ ਤੁਸੀਂ ਉੱਥੇ ਭਲਵਾਨੀ ਕਰਦੇ ਸੀ ਉੱਥੇ ਵੀ ਉੱਥੇ ਤਾਂ ਮੈਂ ਲੈਣਾ ਸੀ ਨਾ ਅੱਛਾ ਇੱਥੇ ਮੈਂ ਭਲਵਾਨੀ ਕਰਦਾ ਰਿਹਾ ਅੱਛਾ ਕਬੱਡੀ ਖੇਡਦਾ ਰਿਹਾ ਅੱਛਾ ਕਬੱਡੀ ਦੇ ਵਿੱਚ ਮੇਰਾ ਰਿਕਾਰਡ ਅੱਛਾ ਮਾਸ਼ਾ ਜਿਹੜਾ ਮੇਰੇ ਬੰਦੇ ਅੱਗੇ ਆ ਗਿਆ ਨਾ ਉਹ ਵਾਪਸ ਨਹੀਂ ਸੀ ਜਾਂਦਾ ਅੱਛਾ ਇੱਕ ਬੰਦਾ ਸੀ ਉਹ ਪੰਜਾਂ ਚੌਂ ਪਿੰਡਾਂ ਦੇ ਵਿੱਚ ਕਿਸੇ ਤੋਂ ਫੜਿਆ ਨਹੀਂ ਸੀ ਜਾਂਦਾ ਅੱਛਾ ਉਹ ਸਾਡੇ ਪਿੰਡ ਦਾ ਸੀ ਸਾਡੀ ਪਾਰਟੀ ਸੀ ਉਹ ਇੱਕ ਦਿਨ ਈਦ ਦਾ ਦਿਨ ਹੋਵੇ ਮੇਰੇ ਸੱਟ ਲੱਗੀ ਸੀ ਪੈਰ 'ਤੇ ਅਤੇ ਮੈਂ ਮੁੰਡੇ ਪਿੰਡ ਦੇ ਰਲ ਕੇ ਅਤੇ ਕੁੜੀ ਲੱਗ ਪਏ ਖੇਡਣ ਉਹ ਸਾਰਿਆਂ ਨੂੰ ਤਕੜਾ ਸੀ ਅਤੇ ਇੱਕ ਬੰਦਾ ਉੱਠਿਆ ਮੇਰੀ ਬਾਂਹ ਫੜੀ ਜਾ ਕੇ ਅਰੇ ਮੇਰੀ ਗੱਲ ਨਾ ਮੋੜੀ ਮੈਂ ਕਿਉਂ ਇਹਦੇ ਅੱਗੇ ਜਾ ਮੈਂ ਕਿਉਂ ਮੈਂ ਅੱਗੇ ਤਿੰਨਾਂ ਚੌਂ ਪਿੰਡਾਂ 'ਚ ਤਕੜਾ ਚੱਕ 'ਚ ਅੱਗੇ ਹੀ ਤਕੜਾ ਅਤੇ ਮੈਂ ਇਹਦੇ ਅੱਗੇ ਨਹੀਂ ਜਾਂਦਾ ਮੇਰੀ ਸੱਟ ਲੱਗੀ ਹੈ ਉਹਨੇ ਆਖਿਆ ਨਹੀਂ ਮੇਰੀ ਗੱਲ ਨਾ ਮੋੜੀ ਉਹ ਹਰ ਜੰਗਲ ਦੇ ਵਿੱਚ ਹੁੱਕਾ ਲੈ ਕੇ ਜਾ ਕੇ ਬਹਿ ਜਾਂਦਾ ਮੈਂ ਆਖਿਆ ਚੱਲ ਮੇਰੀ ਬਾਂਹ ਫੜੀ ਹੈ ਅੱਲਾ ਲੰਘ ਰੱਖੇਗਾ ਅਤੇ ਉਹ ਫਿਰ ਮੇਰੇ ਕੋਲ ਦੀ ਲੰਘ ਕੇ ਮੇਰੇ ਅੱਗੇ ਸਾਹਮਣੇ ਆਉਣਾ ਸੀ ਨਾ ਅਤੇ ਮੈਂ ਆਖਿਆ ਯਾਰ ਤੂੰ ਮੇਰੇ ਸੱਟ ਲੱਗੀ ਹੈ ਤੂੰ ਮਾੜਾ ਜਿਹਾ ਹੱਥ ਲਾ ਕੇ ਨਾ ਅਤੇ ਭੱਜ ਮੇਰੇ ਸੱਟ ਲੱਗੀ ਮੈਨੂੰ ਕਾਹਦਾ ਮਿਲਣਾ ਉਹ ਚੁੱਪ ਕਰਕੇ ਲੰਘ ਗਿਆ ਜਦੋਂ ਫਿਰ ਮੇਰੇ ਅੱਗੇ ਆਇਆ ਨਾ ਅਤੇ ਮੈਂ ਤਾਂ ਉਸ ਗੱਲ ਵਿੱਚ ਰਿਹਾ ਵੀ ਮੈਂ ਇਹਨੂੰ ਆਖਿਆ ਨਾਵਾਂ ਮਾਰਦਾ ਬੜਾ ਸੀ ਉਹਨੇ ਜਨਾਬ ਉਹ ਨਹੀਂ ਕੀਤੀ ਹਾਂ ਨਹੀਂ ਕੀਤੀ ਮੇਰੇ ਮੂੰਹ 'ਤੇ ਚਾਂਟਾ ਮਾਰਿਆ ਮੈਂ ਤਾਂ ਖਲੋਤਾ ਸੀ ਅਣਝੱਕ ਮੂੰਹ 'ਤੇ ਚਾਂਟਾ ਮਾਰ ਕੇ ਅਤੇ ਭੱਜਿਆ ਮੈਂ ਫਿਰ ਭੱਜ ਕੇ ਉਹਨੂੰ ਜਾ ਕੇ ਨਾ ਪਿੱਛੇ ਮੋਢਿਆਂ 'ਤੇ ਹੱਥ ਰੱਖ ਕੇ ਨਾ ਅਤੇ ਪਿੱਛੋਂ ਮਾਰੀ ਲੱਤ ਗਿੱਟਿਆਂ 'ਚ ਉਹ ਪੁੱਠਾ ਸੁੱਟਿਆ ਉੱਥੇ ਤਾੜੀ ਲੱਗ ਗਈ ਬੱਲੇ ਬੱਲੇ ਬਈ ਬੱਲੇ ਬੱਲੇ ਬਈ
ਇਹ ਪਰਮਾਨ ਦੀ ਅੱਜ ਕੱਢ ਲਾਤੀ ਮੈਂ ਪਰਮਾਨ ਦੇ ਦਿਨ ਮਾੜੇ ਆਏ ਹੋਏ ਮੈਂ ਇਹਨੂੰ ਆਖਿਆ ਅਤੇ ਕੁਦਰਤ ਵਾਲਿਆਂ ਨੇ ਇੰਨੀ ਤਾਕਤ ਪਾਈ ਸੀ ਮੇਰੇ ਵਿੱਚ ਵੀ ਮੈਂ ਇਸ ਤਰ੍ਹਾਂ ਹੱਥ ਰੱਖ ਦਿੰਦਾ ਸੀ ਨਾ ਅਤੇ ਹੱਥ ਜਿੱਥੇ ਰੱਖਤਾ ਉੱਥੇ ਜੰਮ ਲਿਆ ਲੋਕ ਤਾਂ ਬਾਂਹ ਫੜਦੇ ਆ ਕੋਈ ਲੱਤ ਫੜਦੇ ਆ ਮੈਂ ਮੋਢੇ 'ਤੇ ਰੱਖਦੇ ਤਾਂ ਬਸ ਸਮਝਿਆ ਫੜਿਆ ਗਿਆ ਅੱਛਾ ਮਾਸ਼ਾਅੱਲਾ ਜੀ ਆ ਹੁਣ ਤੱਕ ਮੈਨੂੰ ਲੋਕ ਲੰਘਦੇ ਟੱਪਦੇ ਆ ਉਹ ਵੀ ਮੈਨੂੰ ਪ੍ਰਮਾਣ ਸਕਦੇ ਰਹੇ ਮੈਂ ਯਾਰ ਮੈਂ ਪ੍ਰਮਾਣ ਕਰਦਾ ਮੈਂ 85 ਸਾਲ ਦੀ ਉਮਰ ਸੀ ਜੀ ਜੀ ਇੱਥੋਂ ਡੇਢ ਮਣ ਵਜਣ ਲੱਗਣਾ ਇੱਥੋਂ ਉਹ ਕਾਜੀ ਵਾਲੇ ਰੋਡ 'ਤੇ 2-3 ਤੱਕ ਹੈ ਉੱਥੇ ਸੌਦਾ ਲੈ ਕੇ ਆਉਂਦਾ ਰਹੇ ਅੱਛਾ ਅੱਛਾ 85-84 ਸਾਲ ਦੀ ਉਮਰ ਵਿੱਚ ਵੀ ਤੁਸੀਂ ਮਤਲਬ ਜਵਾਨਾਂ ਵਾਲੇ ਕੰਮ 90 ਤੱਕ ਕੰਮ ਕਰਦੇ ਰਹੇ ਅੱਛਾ ਇੰਨਾ ਫਿਰ ਆਖਿਆ ਨਾ ਬਸ ਕਰ ਲਓ ਅੱਛਾ ਅੱਛਾ ਸਹੀ ਮੈਂ ਠੀਕ ਤੁਰਦਾ ਫਿਰਦਾ ਸਾਈਕਲ ਚਲਾਈ ਫਿਰਦਾ ਸੀ ਮਾਸ਼ਾਅੱਲਾ ਜੀ ਅੱਲਾਹ ਪਾਕ ਨੇ ਬੜੀ ਸਿਹਤ ਦਿੱਤੀ ਤੁਹਾਨੂੰ ਬੜੇ ਅਜ਼ੀਮ ਹੌਸਲੇ ਵੀ ਦਿੱਤੇ ਰੱਬ ਸੋਹਣੇ ਨੇ ਵੀ ਕਿਹੜੀਆਂ ਮੁਸ਼ਕਲਾਂ ਕਿਹੜੀਆਂ ਮੁਸਾਇਬ 'ਚ ਤੁਸੀਂ ਗੁਜ਼ਰ ਕੇ ਆਏ ਨਾਜ਼ਰੀਨ ਤੁਸੀਂ ਅੱਜ ਦਾ ਪ੍ਰੋਗਰਾਮ ਵੇਖਿਆ ਕਿ ਬਾਬਾ ਜੀ ਹੁਰੀ ਹਿਜਰਤ ਤੋਂ ਪਹਿਲਾਂ ਇਹਨਾਂ ਨੇ ਉੱਥੇ ਰਹਿ ਰਹੇ ਸਨ ਔਰ ਉੱਥੇ ਕਿਹੜੀਆਂ ਮੁਸ਼ਕਲਾਂ ਅਤੇ ਕਿਹੜੀਆਂ ਮੁਸਾਇਬ 'ਚੋਂ ਗੁਜ਼ਰੇ ਔਰ ਮਜ਼ਹਬ ਦੇ ਨਾਂ 'ਤੇ ਬਾਬਾ ਜੀ ਹੁਰਾਂ ਨੂੰ ਉਹ ਤਕਲੀਫਾਂ ਉਹ ਮੁਸਾਇਬ ਦਿੱਤੇ ਕਿ ਜਿਹੜੇ ਸੁਣਨ ਵਾਲ ਬੰਦੇ ਦੇ ਲੋਕ ਕੰਢੇ ਖੜ੍ਹੇ ਹੋ ਜਾਂਦੇ ਨੇ ਨਾਜ਼ਰੀਨ ਇਹ ਇੰਤਹਾਈ ਕਠਿਨ ਵਕਤ ਸੀ ਸੰਨ 47 ਦੀ ਵੰਡ ਦੇ ਦਰਦ ਅੱਜ ਵੀ ਲੋਕ ਆਪਣੇ ਦਿਲ 'ਚ ਮਹਿਸੂਸ ਕਰਦੇ ਨੇ ਸੰਨ 47 ਦੇ ਵਿੱਚ ਜਿਹੜੇ ਉਹਨਾਂ ਦਰਦ ਉਠਾਏ ਜਿਹੜੀਆਂ ਤਕਲੀਫਾਂ ਮੁਸਾਇਬ ਉਠਾਈਆਂ ਸਾਡਾ ਮਕਸਦ ਵੀ ਇਹ ਕਿ ਅੱਜ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਨੌਜਵਾਨ ਨਸਲ ਨੂੰ ਇਹ ਦੱਸਿਆ ਜਾਏ ਕਿ ਇਹ ਬੜੀ ਮੁਸ਼ਕਲ ਅਤੇ ਕਠਿਨ ਮੰਜ਼ਿਲ ਸੀ ਜਿੱਥੋਂ ਜੋ ਗੁਜ਼ਰ ਕੇ ਇਹ ਸਾਡੇ ਬਜ਼ੁਰਗਾਂ ਨੇ ਅਜ਼ੀਮ ਕੁਰਬਾਨੀਆਂ ਦਿੱਤੀਆਂ ਨੇ ਅੱਲਾਹ ਤਬਾਰਕ ਵ ਤਾਲਾ ਇਹਨਾਂ ਬਜ਼ੁਰਗਾਂ ਨੂੰ ਇਹਨਾਂ ਦਾ ਸਾਇਆ ਸਾਡੇ 'ਤੇ ਹਮੇਸ਼ਾ ਕਾਇਮ ਉਹ ਦਾਇਮ ਰੱਖੇ ਔਰ ਰੱਬ ਸੋਹਣਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਆਪਣੇ ਕੈਮਰਾਮੈਨ ਹੈਦਰ ਅਲੀ ਔਰ ਆਸਫ ਅਲੀ ਨਜ਼ਮ ਦੇ ਨਾਲ ਇਜਾਜ਼ਤ ਚਾਹਵਾਂਗਾ ਰੱਬ ਰੱਖਾ